ਹੱਥਾਂ ਦੇ ਵਿੱਚ ਕਿਸਾਨੀ ਝੰਡੇ ਲੈ ਕੇ ਇੱਕ ਕਿਸਾਨ ਕੋਈ ਧਰਨਾ ਨਹੀਂ ਲਗਾ ਰਹੇ, ਬਲਕਿ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਨਿਤਰੇ ਨੇ, ਜੋ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰ ਰਹੇ ਨੇ। ਇਹਨਾਂ ਦਾ ਕਹਿਣਾ ਹੈ ਕਿ ਜੋ ਲੋਕਾਂ ਨੇ ਨੁਮਾਇੰਦਾ ਚੁਣਿਆ ਹੈ ਉਸ ਨੂੰ ਜੇਲ੍ਹ 'ਚੋਂ ਬਾਹਰ ਆਉਣਾ ਚਾਹੀਦਾ ਹੈ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਨੇ। ਇਸੇ ਲਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਲਈ ਕਿਸਾਨਾਂ ਦਾ ਇੱਕ ਵੱਡਾ ਕਾਫਲਾ ਲੁਧਿਆਣਾ ਤੋਂ ਅੰਮ੍ਰਿਤਸਰ ਦੇ ਲਈ ਰਵਾਨਾ ਹੋਇਆ ਹੈ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਇੱਕ ਕਿਸਾਨ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਤੇ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਜੇਲ੍ਹ 'ਚ ਰੱਖਿਆ ਗਿਆ ਹੈ। ਹੁਣ ਉਹਨਾਂ ਨੇ ਚੋਣ ਲੜੀ ਹੈ, ਜਿੱਤੀ ਹੈ ਤੇ ਸਾਂਸਦ ਵੀ ਬਣ ਗਏ ਨੇ, ਪਰ ਫਿਰ ਵੀ ਉਹਨਾਂ ਨੂੰ ਲੋਕਾਂ ਦੇ ਵਿੱਚ ਨਹੀਂ ਆਉਣ ਦਿੱਤਾ ਜਾ ਰਿਹਾ। ਇਸ ਲਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਬੇਹੱਦ ਜ਼ਰੂਰੀ ਹੈ। ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਅਸੀਂ ਅੰਮ੍ਰਿਤਸਰ ਦੇ DC ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਅਤੇ ਜੋ ਸਾਡੇ ਖਡੂਰ ਸਾਹਿਬ ਤੋਂ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਜੀ ਜੋ MP ਜਿੱਤੇ ਨੇ, ਉਹਨਾਂ ਨੂੰ ਲੋਕਾਂ ਨੇ ਬੜੀ ਆਸ ਉਮੀਦ ਦੇ ਨਾਲ ਬਹੁਤ ਭਾਰੀ ਬਹੁਮਤ ਨਾਲ ਜਿਤਾਇਆ। ਜਿੱਤਣ ਤੋਂ ਬਾਅਦ 'ਚ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਦੇ ਅੰਦਰ ਸਹੁੰ ਵੀ ਚੱਕ ਲਈ ਆ। ਸਹੁੰ ਚੱਕਣ ਤੋਂ ਬਾਅਦ 'ਚ ਵੀ ਉਹ ਅੱਜ ਜੇਲ੍ਹ ਦੇ ਵਿੱਚ ਨੇ, ਸਰਕਾਰਾਂ ਧੱਕਾ ਕਰ ਰਹੀਆਂ ਨੇ, ਔਰ ਉਸ ਧੱਕੇ ਦੇ ਖਿਲਾਫ਼ ਆ ਜਿਹੜੀ ਅਸੀਂ ਅੱਜ ਆਵਾਜ਼ ਉਠਾਈ ਆ, ਕਿਉਂਕਿ ਇਹ ਤੋਂ ਪਿੱਛੇ ਝਾਤੀ ਮਾਰ ਲਓ, 1978 ਤੋਂ ਲੈ ਲਓ, 1978 ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਲੋਕ ਨੇ, ਜਿਵੇਂ 1978 ਦੇ ਵਿੱਚ ਇੰਦਰਾ ਗਾਂਧੀ ਜੇਲ੍ਹ 'ਚ ਸੀ ਅਤੇ ਦੋ ਪਾਂਡੇ ਬ੍ਰਦਰ ਸੀ, ਉਹਨਾਂ ਨੇ ਜਹਾਜ ਗਵਾਹ ਕੀਤਾ, ਇਹ ਦੋਨਾਂ ਨੂੰ ਇੱਕ ਨੂੰ MP ਅਤੇ ਇੱਕ ਨੂੰ MLA ਬਣਾ ਕੇ ਬਾਹਰ ਕੱਢਿਆ ਸੀ। ਪ੍ਰਤਿਗਿਆ ਸਾਧ ਵੀ ਜੋ ਮਾਲੀਆ ਗਾਓਂ ਮਹਾਰਾਸ਼ਟਰ ਦੇ ਵਿੱਚ ਜਿਹ 'ਚ ਬੰਬ ਕਾਂਡ ਹੋਇਆ ਸੀ, ਉਹ ਬੰਬ ਕਾਂਡ ਦੇ ਵਿੱਚ ਮੁੱਖ ਦੋਸ਼ੀ ਸੀ ਅਤੇ ਜੇਲ੍ਹ ਦੇ ਵਿੱਚ ਬੰਦ ਸੀ, BJP ਨੇ ਉਹਨੂੰ ਆਪਣਾ MP ਬਣਾ ਕੇ ਬਾਹਰ ਕੱਢਿਆ ਸੀ। ਸਿਮਰਨਜੀਤ ਸਿੰਘ ਮਾਨ 3 ਲੱਖ ਵੋਟਾਂ ਨਾਲ ਜਿੱਤ ਕੇ ਤਰਨ ਤਾਰਨ ਤੋਂ ਉਹ ਬਾਹਰ ਨਿਕਲੇ ਸੀ। ਇਸ ਤਰ੍ਹਾਂ ਕਰਕੇ ਬਹੁਤ ਸਾਰੇ MP MLA ਆ। ਹੁਣ ਥੋੜ੍ਹੇ ਦਿਨ ਪਿੱਛੇ ਦੀ ਮਿਸਾਲ ਆ ਵੀ 3 ਕਤਲ ਕਰਨ ਵਾਲਾ BJP ਦਾ ਬੰਦਾ, ਜਿਹਨੂੰ ਗਵਰਨਰ ਸਾਹਿਬ ਨੇ ਆਪਣੇ ਅਹੁਦੇ ਦੀ ਵਰਤੋਂ ਕਰਦੇ ਹੋਏ ਉਹਨੂੰ ਰਿਹਾਅ ਕਰ ਦਿੱਤਾ, ਉਹਦੀ ਸਜ਼ਾ ਮਾਫ਼ ਕਰ ਦਿੱਤੀ ਆ। ਇਹ ਦੇਸ਼ ਦੇ ਵਿੱਚ ਦੋ ਤਰ੍ਹਾਂ ਦਾ ਕਾਨੂੰਨ ਆ, ਆਮ ਲੋਕਾਂ ਲਈ ਇੱਕ ਆ, ਸਿੱਖ ਕੌਮ ਲਈ ਇੱਕ ਵਾ। ਸਿੱਖ ਕੌਮ ਨੂੰ ਬਦਨਾਮ ਕਰਨ ਲਈ, ਕਿਰਦਾਰ ਕੁਸ਼ੀ ਕਰਨ ਲਈ ਉਹਦੇ ਉੱਪਰ ਕਦੀ ਚਿੱਟਾ ਪਾਇਆ ਜਾਂਦਾ, ਕਦੀ ਉਹਨਾਂ ਉੱਪਰ NSA ਲਾਈ ਜਾਂਦੀ ਆ। ਇਹ ਸਾਡੇ ਨਾਲ ਧੱਕਾ ਹੋ ਰਿਹਾ। ਅੱਜ ਖਡੂਰ ਸਾਹਿਬ ਹਲਕੇ ਨੂੰ ਇੱਕ ਵਿਕਾਸ ਦੀ ਲੋੜ ਆ। ਜਿਹੜਾ ਫੰਡ ਜਿਹੜਾ MP ਨੂੰ ਮਿਲਣਾ, ਉਹ ਆਣ ਕੇ ਉਹਨੇ ਹਲਕੇ 'ਤੇ ਖਰਚਣਾ। ਹਰ ਹਲਕੇ ਦੇ ਲੋਕਾਂ ਨੂੰ ਬੜੀਆਂ ਆਸਾਂ ਉਮੀਦਾਂ ਨੇ ਅਤੇ ਅਸੀਂ ਅੱਜ ਬੇਨਤੀ ਕਰਨ ਚੱਲੇ ਹਾਂ DC ਸਾਹਿਬ ਦੇ ਰਾਹੀਂ ਸਰਕਾਰ ਨੂੰ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਜੇਲ੍ਹ 'ਚੋਂ ਜਿਹੜਾ ਰਿਹਾਅ ਕੀਤਾ ਜਾਵੇ। ਸਰ, ਅਗਲੀ ਰਣਨੀਤੀ ਕੀ ਹੋਏਗੀ? ਇਹ ਤੋਂ ਬਾਅਦ 'ਚ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਫਿਰ ਇੱਕ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਵਾਂਗੇ, ਫਿਰ ਗਵਰਨਰ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ। ਆਖਿਰਕਾਰ ਇਹਨਾਂ ਨੂੰ ਮਜਬੂਰ ਕਰਾਂਗੇ ਭਈ ਇਹ ਜਿਹੜਾ MP ਜਿਹੜਾ ਜਿੱਤ ਗਿਆ ਔਰ ਸੰਵਿਧਾਨ ਦੀ ਸਹੁੰ ਚੱਕੀ ਆ, ਇਹਨੂੰ ਰਿਹਾਅ ਕਰਨ ਲਈ ਮਜਬੂਰ ਕਰਾਂਗੇ ਇਹਨਾਂ ਨੂੰ ਅਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ, ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਲਈ ਹੈਗਾ। ਇੱਥੋਂ ਜਿਹੜੀਆਂ ਸੰਗਤਾਂ ਹੁਣ ਇਕੱਠੀਆਂ ਹੋ ਕੇ, ਜਿਹੜੀਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਜਿਹੜੇ ਵਰਕਰ
ਸੂਬਾ ਪ੍ਰਧਾਨ ਔਰ ਰਾਸ਼ਟਰੀ ਪ੍ਰਧਾਨ ਦੀ ਮੌਜੂਦਗੀ ਦੇ ਵਿੱਚ, ਇਹਨਾਂ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਸਾਹਿਬ ਜਾ ਕੇ ਡੀਸੀ ਸਾਹਿਬ ਅਤੇ SSP ਸਾਹਿਬ ਨੂੰ ਮੰਗ ਪੱਤਰ ਦੇਣਾ ਕਿ ਜਲਦ ਤੋਂ ਜਲਦ ਜਿਹੜੀ ਆ ਉਹਨਾਂ ਦੀ ਰਿਹਾਈ ਕੀਤੀ ਜਾਵੇ ਤਾਂ ਕਿ ਉਹ ਆਪਣੇ ਜਿਹੜਾ ਉਹਨਾਂ ਦਾ ਹਲਕਾ ਹੈਗਾ ਉਹਦੀ ਜਿਹੜੀ ਆ ਉਹ ਨੁਮਾਇੰਦਗੀ ਉਹ ਕਰ ਸਕਣ। ਉਹਨਾਂ ਨੇ ਸਹੁੰ ਚੱਕ ਲਈ ਆ, ਲੇਕਿਨ ਇਹ ਸਰਕਾਰਾਂ ਦਾ ਜਿਹੜਾ ਇਹ ਪੱਖਪਾਤੀ ਜਿਹੜਾ ਵਤੀਰਾ ਵਾ ਇਹ ਪੂਰਾ ਅਸੀਂ ਸ਼ੁਰੂ ਤੋਂ ਦੇਖਦੇ ਆ ਰਹੇ ਹਾਂ ਕਿ ਸਿੱਖ ਕੌਮ ਦੇ ਨਾਲ ਬਹੁਤ ਜ਼ਿਆਦਾ ਉਹ ਧੱਕਾ ਕਰ ਰਿਹਾ। ਇੱਕ ਇਹੋ ਜਿਹਾ MP ਜਿਹਦੇ ਖਿਲਾਫ ਕੋਈ ਪਰਚਾ ਹੀ ਨਹੀਂ ਦਰਜ ਭਾਰਤ ਦੇ ਵਿੱਚ, ਨਾ ਵਿਦੇਸ਼ ਦੇ ਵਿੱਚ ਕਿਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਪਰਚਾ ਵੀ ਹੋਵੇ ਨਾ, ਇਹਨਾਂ ਨੂੰ ਸਾਲ ਡੇਢ ਸਾਲ ਹੋ ਗਿਆ ਉਹਨਾਂ ਨੂੰ ਅੰਦਰ ਕੀਤੇ ਆ, ਅਤੇ ਹੁਣ ਤੱਕ ਉਹਨਾਂ ਦੇ ਖਿਲਾਫ ਜੇ ਕੋਈ ਸਗਾ ਇਹਨਾਂ ਕੋਲੋਂ ਸਰਕਾਰ ਨੂੰ ਦੱਸ ਦੇਣਾ ਚਾਹੀਦਾ ਸੀ ਵੀ ਭਾਈ ਇਹਨਾਂ ਨੇ ਆਹ ਗੁਨਾਹ ਕਰਿਆ। ਜੇ ਤੁਸੀਂ ਵੈਸੇ ਹੀ ਕਿਸੇ ਦੇ ਉੱਤੇ ਨਜਾਇਜ਼ ਪਰਚੇ ਕਰੋਗੇ ਤਾਂ ਅਗਲਾ ਥਾਣੇ ਦੇ ਵਿੱਚ ਵੀ ਛਡਾਉਣ ਨਹੀਂ ਜਾਊਗਾ, ਤਾਂ ਫਿਰ ਹੋਰ ਕਿੱਥੇ ਛਡਾਉਣ ਜਾਊਗਾ? ਮੁੱਖ ਮੰਤਰੀ ਦੀ ਕੋਠੀ ਜਾਊਗਾ ਅਗਲਾ ਛਡਾਉਣੇ? ਜੇ ਉਹ ਥਾਣੇ ਗਏ ਆ ਕੋਈ ਗੁਨਾਹ ਨਹੀਂ ਕੀਤਾ, ਨਜਾਇਜ਼ ਪਰਚਾ ਕਿਉਂ ਕਰਿਆ? ਔਰ ਉਹਨਾਂ ਨੇ ਲਿਖ ਕੇ ਦਿੱਤਾ ਵੀ ਇਹ ਨਜਾਇਜ਼ ਪਰਚਾ ਹੋ ਗਿਆ ਸੀਗਾ, ਅਸੀਂ ਕੈਂਸਲ ਕਰਦੇ, ਸਰਕਾਰ ਨੇ ਕੈਂਸਲ ਕਰਤਾ ਪ੍ਰਸ਼ਾਸਨ ਦੇ, ਫਿਰ ਉਹਨਾਂ ਦੇ ਉੱਤੇ ਉਹ ਕਿਉਂ ਲਾਇਆ? ਉਹਨਾਂ ਨੇ NSA ਤਾਂ ਬਣਦੀ ਨਹੀਂ ਹੈਗੀ। ਇਹ ਜਿਹੜੀਆਂ ਕੇਂਦਰ ਸਰਕਾਰ ਵੀ ਦੀ ਨੀਤੀ ਵੀ ਸਾਡੇ ਲਈ ਮਾੜੀ ਆ, ਔਰ ਸਾਡੇ ਕੁਛ ਆਪਣੇ ਜਿਹੜੇ ਆ ਉਹ ਨਾਲ ਰਲੇ ਹੋਏ ਨੇ ਕੇਂਦਰ ਸਰਕਾਰ ਨੇ, ਜਿਹਨਾਂ ਨੇ ਉਹਦੇ ਮੈਂ ਅਮਿਤ ਸ਼ਾਹ ਦੇ ਕੰਨ ਭਰ ਕੇ ਜਿਹੜੇ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਪਰਚਾ ਕਰਾ ਕੇ ਉਹਨਾਂ ਨੂੰ ਦਿਬੜੂਗੜ ਜੇਲ੍ਹ ਦੇ ਵਿੱਚ ਭੇਜਿਆ। ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਉਹਨਾਂ ਨੂੰ ਰਿਹਾਅ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਉਹਨੂੰ ਹੋਰ ਤੇਜ਼ ਕੀਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।